ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੀ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਹਾ ਮੁਹਾਲੀ ਚ ਡਿੱਗੀ ਤਿੰਨ ਮੰਜ਼ਲਾ ਇਮਾਰਤ ਦੋ ਤੋਂ ਤਿੰਨ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਬਚਾਅ ਕਾਰਜ ਜਾਰੀ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਖੜੜ ਚ ਚਾਨਕੀ ਤਿੰਨ ਮੰਜ਼ਲਾ ਇਮਾਰਤ ਡਿੱਗ ਗਈ ਇਹ ਆਸਾ ਸੈਕਟਰ 126 ਚ ਵਾਪਰਿਆ ਇਹ ਸ਼ੋਰੂਮ ਬਣਾਇਆ ਜਾ ਰਿਹਾ ਸੀ ਜੀ ਹਾਂ ਇਸ ਥਾਂ ਤੇ ਨਿਜਰ ਚੌਂਗ ਦੇ ਕੋਲ ਹੈ ਪਹਿਲਾ ਇਮਾਰਤ ਦੀ ਛੱਤ ਡਿੱਗੀ ਜਿਸ ਦੇ ਪਾਰ ਨਾਲ ਪੂਰੀ ਤਰ੍ਹਾਂ ਇਮਾਰਤ ਟਹਿ ਗਈ ਜਿਸ ਸਮੇਂ ਇਮਾਰਤ ਡਿੱਗੀ ਉਸ ਸਮੇਂ ਇਸ ਦੀ ਤੀਜੀ ਮੰਜ਼ਲ ਦੇ ਕੰਮ ਚੱਲ ਰਿਹਾ ਸੀ ਮੁਰਲੇ ਜਾਨ ਕਾਇਨਸਾਰੇ ਮਾਰ ਦੇ ਹੇਠਾ ਦੋ ਤੋਂ ਤਿੰਨ ਮਜ਼ਦੂਰਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ ਹਾਲਾਂਕਿ ਹਜੇ ਤੱਕ ਕਿਸੇ ਵੀ ਜਾਣੇ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਆਈ ਫਾਇਰ ਬਿਗੇਟ ਐਂਡ ਡੀਆਰ ਆਫ ਦਿ ਟੀਮ ਮੌਕੇ ਤੇ ਪਹੁੰਚ ਗਈਆਂ ਬਚਾਅ ਕਾਰਜ ਲਗਾਤਾਰ ਜਾਰੀ ਨੇ ਛੇ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚ ਜਾ ਗਿਆ ਹੈ ਤਰੁਨਾਦ ਇੱਕ ਚਸ਼ਮਦੀਦ ਨੇ ਦੱਸਿਆ ਹੈ ਕਿ ਇਹ ਇਮਾਰਤ ਉਸ ਦੇ ਸਾਹਮਣੇ ਹੀ ਡਿੱਗੀ ਜਿਸ ਤੋਂ ਬਾਅਦ ਇੱਥੇ ਪੀੜ ਇਕੱਠੀ ਹੋ ਗਈ ਪੈਦਾ ਸਾਨੂੰ ਕੁਝ ਸਮਝ ਨਹੀਂ ਆ ਜਦੋਂ ਸੀ ਨੇੜੇ ਆ ਕੇ ਦੇਖਿਆ ਤਾਂ ਇਮਾਰਤ ਟਹ ਚੁੱਕੀ ਸੀ ਵਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ